किस तरह सिख अमेरिकन अपनी आइडेंटिटी एक एक पौड़ी चढ़ के बना रहे इत्थे दे पॉलिटिकल सिस्टम दे विच, अज एक होर वड्डी पौड़ी चढ़ी गई है न्यू जर्सी स्टेट दे विच। पंज मैंबरी जिहड़ी बनी आ उह न्यू जर्सी दी स्टेट दी सैनेट ते जिहड़ी असैंबली आ इहनां दे लीडरशिप ने अपॉइंटड कीते ने पंज सिख। पंज मैंबरी कमेटी का मकसद यह आ जिहड़ी साडी कम्यूनिटी का फ्यूचर आ गवर्नर दे नाल असीं की कहां अब साडे बच्चों का भविख की आ, स्कूल बनाउणे ने, यूनिवर्सिटियां 'च असीं की लैणा, असीं आपदी कौम नूं बाकियां कौमां वांगू अगाँह किवें लै के जाणा, ਇਹ ਪੰਜ ਮੈਂਬਰੀ ਦੇ ਜਿਹੜੇ ਖੜੇ ਨੇ ਇਹਨਾਂ ਦੇ ਮੋਢਿਆਂ ਦੇ ਹੈਗਾ। 1947 ਦੇ ਵਿੱਚ ਅਸੀਂ ਆਪਦੀ ਟ੍ਰੇਨ ਮਿਸ ਕਰ ਗਏ, ਅੱਜ ਤੱਕ ਅਸੀਂ ਰੁੜਦੇ ਫਿਰਦੇ ਹਾਂ, ਪਰ ਹੁਣ ਅਸੀਂ ਜਾਗਰਤ ਸਿੱਖ ਕੌਮ ਦੀ ਲੀਡਰਸ਼ਿਪ ਆ, ਅਸੀਂ ਹੁਣ ਇਹ ਮਿਸ ਨਹੀਂ ਕਰਨਾ ਚਾਹੁੰਦੇ। 9th ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਓਨਰ ਹੋਇਆ, ਜਿਹਨਾਂ ਨੂੰ ਕਿ ਧਰਮ ਦੀ ਆਜ਼ਾਦੀ, ਫਰੀਡਮ ਆਫ ਰਿਲੀਜਨ ਐਂਡ ਹਿਊਮਨ ਰਾਈਟਸ ਦੇ ਲਈ ਰਿਕੋਗਨਾਈਜ਼ ਉਹਨਾਂ ਦਾ ਸਾਡੇ ਧਰਮ ਨੂੰ ਕੀਤਾ ਹੈਗਾ। ਸਾਡੇ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਜੋ ਦੁਨੀਆ ਅੱਜ ਸੋਚ ਰਹੀ ਹੈ। ਸਾਡੇ ਗੁਰੂ ਸਾਹਿਬਾਂ ਨੇ 500 ਸਾਲ ਤੋਂ ਪਹਿਲੇ ਇਹ ਸ਼ੁਰੂ ਕੀਤਾ। ਮਾਨਵਤਾ ਦਾ ਜੋ ਸਾਰੀ ਸਾਂਝੀਵਾਲਤਾ ਦਾ ਮਨੁੱਖੀ ਅਧਿਕਾਰਾਂ ਦਾ ਜਿਹੜਾ ਏਜੰਡਾ ਹੈਗਾ, ਉਹ ਅਸੀਂ ਅੱਗੇ ਲੈ ਕੇ ਚੱਲੀਏ। ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ ਤੇ ਪਹੁੰਚੇ ਹਾਂ ਨਿਊ ਜਰਸੀ ਸਟੇਟ ਸੈਨੇਟ ਹਾਊਸ ਦੇ ਵਿੱਚ, ਜਿਸ ਸਟੇਟ ਦੇ ਵਿੱਚ ਸਿੱਖਾਂ ਨੇ ਆਪਣੀ ਆਈਡੈਂਟੀਟੀ ਨੂੰ ਨਾ ਕਿ ਸਿਰਫ ਗੁਰਦੁਆਰਿਆਂ ਤੱਕ, ਬਿਜ਼ਨਸ ਤੱਕ, ਬਟ ਅੱਜ ਇਸ ਤੁਸੀਂ ਕਹਿ ਲਓ ਅਮੈਰੀਕਨ ਪੋਲੀਟੀਕਲ ਜੋ ਇੱਥੇ ਦੀ ਕੈਪੀਟਲ ਹੈਗੀ ਉੱਥੇ ਪਹੁੰਚ ਕੇ ਆਪਣੀ ਆਈਡੈਂਟੀਟੀ ਬਣਾਈ ਹੈ। ਇਸ ਕੰਟਰੀ ਦੇ ਵਿੱਚ ਕਿਹਾ ਜਾਂਦਾ ਸੀ ਕਿ ਤਿੰਨ ਗਰੁੱਪ ਓਪਰੈਸਡ ਸੀਗੇ। ਪਹਿਲੇ ਆਇਰਿਸ਼, ਨੋ ਡੋਗਸ ਨੋ ਆਇਰਿਸ਼ ਅਲਾਊਡ, ਸਟੋਰਾਂ 'ਤੇ ਲਿਖਿਆ ਹੁੰਦਾ ਸੀ। ਫਿਰ ਇਟਾਲੀਅਨਸ, ਨੋ ਡੋਗਸ ਨੋ ਇਟਾਲੀਅਨਸ ਅਲਾਊਡ, ਸਟੋਰਾਂ 'ਤੇ ਸਾਈਨ ਹੁੰਦੇ ਸੀ। ਫਿਰ ਅਫਰੀਕਨ ਅਮੈਰੀਕਨ, ਉਹ ਤਾਂ ਪਹਿਲੇ ਤੋਂ ਹੀ ਇਨਸਲੇਵ ਸੀਗੇ, ਗੁਲਾਮ ਸੀਗੇ, ਉਹਨਾਂ ਦੀ ਤਾਂ ਜਗ੍ਹਾ ਹੀ ਬਾਅਦ 'ਚ ਆਈ ਹੈ। ਇਹ ਤਿੰਨਾਂ ਕਮਿਊਨਿਟੀਆਂ ਨੇ ਅੱਜ ਆਪਣੀ ਜਗ੍ਹਾ ਇਸ ਕੰਟਰੀ ਦੇ ਹਾਈਐਸਟ ਆਫਿਸ ਤੱਕ ਪਹੁੰਚਾਈ ਹੈ, ਪ੍ਰੈਜ਼ੀਡੈਂਸੀ ਤੱਕ ਪਹੁੰਚ ਚੁੱਕੇ ਹੈ। ਹੁਣ ਚੌਥੀ ਵਾਰੀ ਸਾਡੀ ਹੈ ਸਿੱਖਾਂ ਦੀ ਹੈ, ਅਤੇ ਕਿਸ ਤਰ੍ਹਾਂ ਸਿੱਖ ਅਮੈਰੀਕਨਸ ਆਪਣੀ ਆਈਡੈਂਟੀਟੀ ਇੱਕ ਇੱਕ ਪੌੜੀ ਚੜ੍ਹ ਕੇ ਬਣਾ ਰਹੇ ਇੱਥੇ ਦੇ ਪੋਲੀਟੀਕਲ ਸਿਸਟਮ ਦੇ ਵਿੱਚ, ਅੱਜ ਇੱਕ ਹੋਰ ਵੱਡੀ ਪੌੜੀ ਚੜ੍ਹੀ ਗਈ ਹੈ ਨਿਊ ਜਰਸੀ ਸਟੇਟ ਦੇ ਵਿੱਚ। ਸਾਡੇ ਨਾਲ ਖੜ੍ਹੇ ਹੈ ਇੱਥੇ ਨਿਊ ਜਰਸੀ ਦੇ ਲੀਡਰਸ, ਤੁਸੀਂ ਕਹਿ ਲਓ, ਜੋ ਇਸ ਪੋਲੀਟੀਕਲ ਸਿਸਟਮ ਦੇ ਵਿੱਚ ਸਾਡੀ ਕਮਿਊਨਿਟੀ ਨੂੰ ਇੱਕ ਜਗ੍ਹਾ ਦੇ ਰਹੇ, ਆਈਡੈਂਟੀਟੀ ਬਣਾ ਰਹੇ, ਅਤੇ ਸਹੀ ਤਰੀਕੇ ਨਾਲ ਇੱਥੇ ਦੇ ਸਿਸਟਮ ਦੇ ਵਿੱਚ ਵੜ ਕੇ ਉਹਨਾਂ ਦੇ ਪੋਲੀਟੀਸ਼ੀਅਨਸ ਦੇ ਨਾਲ ਗੱਲ ਕਰਕੇ ਰਲ ਮਿਲ ਕੇ ਆਪਣੀ ਕਮਿਊਨਿਟੀ ਦੀ ਆਵਾਜ਼ ਚੱਕ ਰਿਹਾ। ਸਭ ਤੋਂ ਪਹਿਲੇ ਮੈਂ ਸ਼ੁਰੂ ਕਰਨਾ ਚਾਹਾਂਗੀ ਯੁਵਰਾਜ ਜੀ ਤੁਹਾਡੇ ਨਾਲ। ਤੁਸੀਂ ਸਭ ਤੋਂ ਪਹਿਲੇ ਸਾਨੂੰ ਦੱਸੋ ਕੀ ਸਿਗਨੀਫਿਕੈਂਸ ਹੈਗੀ ਨਾ ਕਿ ਸਿਰਫ ਇਸ ਰੈਜ਼ੋਲਿਊਸ਼ਨ ਦੀ ਅੱਜ ਦੀ ਡੇਟ ਦੇ ਵਿੱਚ ਸਿੱਖ ਕੌਮ ਲਈ, ਬਟ ਜੋ ਇੱਕ ਹਿਸਟੋਰਿਕ ਪੰਜ ਮੈਂਬਰੀ ਕਮੇਟੀ ਬਣੀ ਹੈ, ਕਿਸ ਤਰ੍ਹਾਂ ਬਣੀ ਅਤੇ ਕਿਉਂ ਬਣਾਈ ਗਈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜ ਮੈਂਬਰੀ ਜਿਹੜੀ ਬਣੀ ਆ ਉਹ ਨਿਊ ਜਰਸੀ ਦੀ ਸਟੇਟ ਦੀ ਸੈਨੇਟ ਅਤੇ ਜਿਹੜੀ ਅਸੈਂਬਲੀ ਆ ਇਹਨਾਂ ਦੇ ਲੀਡਰਸ਼ਿਪ ਨੇ ਅਪੁਆਇੰਟਡ ਕੀਤੇ ਨੇ ਪੰਜ ਸਿੱਖ, ਜਿਨ੍ਹਾਂ 'ਚ ਵਿੱਚ ਖੜ੍ਹੇ ਨੇ ਆਪਣੇ ਰਾਜਪਿੰਦਰ ਸਿੰਘ ਵਿਦੇਸ਼ਾ, ਹਰਜਿੰਦਰ ਸਿੰਘ ਪਾਇਨਹਿਲ, ਆਪਣੇ ਹਰਜਿੰਦਰ ਸਿੰਘ ਕੈਲ, ਸਤਨਾਮ ਸਿੰਘ ਵਿਰਕ ਅੱਜ ਬਿਮਾਰ ਨੇ, ਉਹਨਾਂ ਦੀ ਡਿਸਕ ਦੀ ਪ੍ਰੋਬਲਮ ਆ, ਉਹ ਨਹੀਂ ਆਏ। ਉਹਨਾਂ ਦੀ ਜਗ੍ਹਾ ਹਰਦਿਆਲ ਸਿੰਘ ਜੌਲ, ਜਿਹੜੇ ਬਾਬਾ ਬੋਰਡ ਨੇ ਸਾਡੀ ਨਿਊ ਜਰਸੀ ਦੀ ਸਿਆਸਤ ਦੇ, ਉਹ ਖੜ੍ਹੇ ਨੇ। ਅਤੇ ਭਾਈ ਜਦਵਿੰਦਰ ਸਿੰਘ ਜੀ ਜਿਹੜੇ ਗਲੈਨ ਰਾਕ ਤੋਂ ਆ ਨੇ, ਉਹ ਵੀ ਕੱਲ੍ਹ ਕਿਸੇ ਕਰੋਨਾ ਪੋਜ਼ਿਟਿਵ ਦੇ ਨੇੜੇ ਕਰਕੇ ਨਹੀਂ ਆ ਸਕੇ। ਇਹ ਪੰਜੇ ਮੈਂਬਰ ਨੇ, ਇਹ ਪੰਜ ਡਿਫਰੈਂਟ ਰੀਜਨ ਨੂੰ ਰਿਪ੍ਰਜੈਂਟ ਕਰਦੇ ਨੇ। ਮਤਲਬ ਸਾਡਾ ਇਹ ਆ ਜਿਹੜੀ ਸਿੱਖਾਂ ਦੀ, ਸਾਡੇ ਨੌਵੇਂ ਪਾਤਸ਼ਾਹ ਦੀ ਜਿਹੜੀ ਸ਼ਹਾਦਤ 100 ਸਾਲ ਪਹਿਲਾਂ ਹੋਈ, ਉਹਨਾਂ ਨੂੰ ਇੱਥੇ ਪਤਾ ਨਹੀਂ ਹੈਗਾ, ਅਤੇ ਅੱਜ ਇਸ ਹਾਊਸ ਨੇ, ਦੋਨਾਂ ਹਾਊਸਾਂ ਨੇ ਉਹਨੂੰ ਸਜਦਾ ਕੀਤਾ, ਅੱਜ ਰੈਕੋਗਨਾਈਜ਼ ਕੀਤਾ ਵੀ ਉਹ ਹਿਊਮਨ ਰਾਈਟਸ ਰਿਲੀਜੀਅਸ ਫਰੀਡਮ ਡੇ ਆ। ਇਸ ਜਰਸੀ ਦੇ ਸਾਰੀ ਰਿਪ੍ਰਜੈਂਟਡ ਨੇ ਉਹਨਾਂ ਨੂੰ ਕੀਤਾ। ਪੰਜ ਮੈਂਬਰੀ ਕਮੇਟੀ ਦਾ ਮਕਸਦ ਇਹ ਆ ਜਿਹੜੀ ਸਾਡੀ ਕਮਿਊਨਿਟੀ ਦਾ ਫਿਊਚਰ ਆ ਗਵਰਨਰ ਦੇ ਨਾਲ, ਅਸੀਂ ਕੀ ਕਹਾਂ ਅਬ ਸਾਡੇ ਬੱਚਿਆਂ ਦਾ ਭਵਿੱਖ ਕੀ ਆ, ਸਕੂਲ ਬਣਾਉਣੇ ਨੇ, ਯੂਨੀਵਰਸਿਟੀਆਂ 'ਚ ਅਸੀਂ ਕੀ ਲੈਣਾ, ਅਸੀਂ ਆਪਦੀ ਕੌਮ ਨੂੰ ਬਾਕੀਆਂ ਕੌਮਾਂ ਵਾਂਗੂ ਅਗਾਂਹ ਕਿਵੇਂ ਲੈ ਕੇ ਜਾਣਾ। ਇਹ ਪੰਜ ਮੈਂਬਰੀ ਦੇ ਜਿਹੜੇ ਖੜ੍ਹੇ ਨੇ ਇਹਨਾਂ ਦੇ ਮੋਢਿਆਂ ਦੇ ਹੈਗਾ, ਇਹ ਗਾਹਾਂ ਸਾਡੇ ਸਾਰੀ ਲੀਡਰਸ਼ਿਪ ਇਹ ਅਸੀਂ ਚੁਣੀ ਆ, ਇਹ ਲੈ ਕੇ ਜਾਣਗੇ, ਜੋ ਡਿਸਕਸ਼ਨ ਕਰਨਗੇ। ਕਮਿਊਨਿਟੀ, ਸਾਰੇ ਗੁਰਦੁਆਰਾ ਸਾਹਿਬ ਇਹਨਾਂ ਦੇ ਨਾਲ ਨੇ, ਸਾਰੀ ਕਮਿਊਨਿਟੀ ਨਾਲ ਆ, ਕਿਉਂਕਿ ਇਸ ਕੰਟਰੀ ਦੇ ਵਿੱਚ ਬਾਕੀ ਕਿੰਨਿਆਂ ਨੇ ਆ ਕੇ ਆਪਣਾ ਫਿਊਚਰ ਘੜ ਲਿਆ,
1947 ਦੇ ਵਿੱਚ ਅਸੀਂ ਆਪਦੀ ਟ੍ਰੇਨ ਮਿਸ ਕਰ ਗਏ, ਅੱਜ ਤੱਕ ਅਸੀਂ ਰੁਲਦੇ ਫਿਰਦੇ ਹਾਂ। ਪਰ ਹੁਣ ਅਸੀਂ ਜਾਗਰਤ ਸਿੱਖ ਕੌਮ ਦੀ ਲੀਡਰਸ਼ਿਪ ਆ, ਅਸੀਂ ਹੁਣ ਇਹ ਮਿਸ ਨਹੀਂ ਕਰਨਾ ਚਾਹੁੰਦੇ। ਆਹ ਜਿਹੜੀ ਲੀਡਰਸ਼ਿਪ ਖੜੀ ਆ, ਅਸੀਂ ਇੱਕ ਇੱਕ ਐਸਾ ਅਲਟਰਨੇਟਿਵ ਦੇਵਾਂਗੇ ਆਪਦੇ ਬੱਚਿਆਂ ਦੀ ਅਤੇ ਆਪਦੇ ਕੌਮ ਦੇ ਲਈ। ਆਪਦੀ ਕੌਮ ਦੀ ਜੋ ਐਸਪਾਇਰੇਸ਼ਨਸ ਨੇ, ਅਸੀਂ ਇਸ ਹਾਊਸ ਤੋਂ ਇਸ DC ਲੈਵਲ ਤੱਕ ਅਸੀਂ ਪੂਰੀਆਂ ਕਰਾਂਗੇ, ਤਾਂ ਅਸੀਂ ਵੀ ਇੱਕ ਸਨਮਾਨਯੋਗ ਸ਼ਹਿਰੀ ਬਣ ਕੇ ਇੱਥੇ ਜਿਉਂ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਦੇਸ਼ਾ ਜੀ, ਮੈਂ ਪੁੱਛਣਾ ਚਾਹਾਂਗੀ ਕਿ ਕਿਸ ਤਰ੍ਹਾਂ ਇਸ 5-ਮੈਂਬਰੀ ਕਮੇਟੀ ਤੋਂ ਸਾਡੀ ਉਮੀਦਾਂ ਆਪਾਂ ਰੱਖ ਸਕਦੇ ਹਾਂ ਕਿ ਸਾਡੇ ਬੱਚੇ ਨਾ ਕਿ ਸਿਰਫ ਸੈਨੇਟਰ ਗਵਰਨਰ ਬਟ ਪ੍ਰੈਜ਼ੀਡੈਂਸੀ ਤੱਕ ਪਹੁੰਚਣ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਮੈਂ ਜਸ ਪੰਜਾਬੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਇਵੈਂਟ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੋ ਤੁਸੀਂ ਗੱਲ ਮੇਰੇ ਤੋਂ ਪੁੱਛੀ ਹੈ, ਕੁਐਸਚਨ ਤੁਹਾਡਾ ਬਹੁਤ ਵਧੀਆ ਹੈ। ਅਸੀਂ ਸਿਰਫ ਇਸੇ ਜਗ੍ਹਾ 'ਤੇ ਨਹੀਂ ਰੁਕਣਾ ਵੀ 5 ਬੰਦੇ ਅੱਜ ਅਸੀਂ ਪੁਆਇੰਟ ਹੋਏ ਹਾਂ। ਸਾਡਾ ਫਰਜ਼ ਆ, ਅਸੀਂ ਸਾਰੇ ਹੀ, ਸਾਡੀ ਜੋ ਸਿੱਖ ਕਮਿਊਨਿਟੀ ਆ, ਈਵਨ ਨਿਊਜਰਸੀ ਔਰ ਨਿਊਜਰਸੀ ਤੋਂ ਬਾਹਰ ਵੀ, ਅਸੀਂ ਸਾਰੇ ਇਕੱਠੇ ਆਪਣੇ ਸਿਰ ਜੋੜ ਕੇ ਯੂਨਿਟੀ ਦੇ ਤੌਰ 'ਤੇ ਅਸੀਂ ਅੱਗੇ ਚੱਲੀਏ। ਔਰ ਸਾਡਾ ਕੋਈ ਸਟੇਟ ਸੈਨੇਟਰ ਜਾਂ ਕਾਂਗਰਸਮੈਨ ਜਾਂ ਇੱਥੇ ਤੱਕ ਨਹੀਂ, ਆਪਣੇ ਬੱਚੇ ਆਉਣ ਵਾਲੇ 20-50 ਸਾਲ ਦੇ ਵਿੱਚ ਅਸੀਂ ਪ੍ਰੈਜ਼ੀਡੈਂਟ ਤੱਕ ਵੀ ਪਹੁੰਚਾਈਏ। ਅਸੀਂ ਥੋੜ੍ਹੇ ਜਿਹੇ ਪਿੱਛੇ ਰਹਿ ਗਏ ਹਾਂ, ਪਰ ਸਾਡੀ ਕੋਸ਼ਿਸ਼ ਹੋਊਗੀ। ਪਰ ਇਹਦੇ ਲਈ ਸਾਨੂੰ ਸਾਰਿਆਂ ਦਾ ਹੀ, ਸਾਰੇ ਹੀ ਕਮਿਊਨਿਟੀ ਦਾ ਸਹਿਯੋਗ ਚਾਹੀਦਾ। ਔਰ ਮੈਂ ਉਮੀਦ ਕਰਦਾ ਹਾਂ ਵੀ ਜਿਸ ਤਰ੍ਹਾਂ ਹੁਣ ਤੱਕ ਸਾਨੂੰ ਸਾਰੇ ਹੀ ਸਾਡੀ ਨਿਊਜਰਸੀ ਦੀ ਸੰਗਤ ਨੇ ਸਹਿਯੋਗ ਦਿੱਤਾ ਹੈ, ਅੱਗੋਂ ਵੀ ਸਾਨੂੰ ਸਹਿਯੋਗ ਦੇਣਗੇ, ਤਾਂ ਜੋ ਅਸੀਂ ਆਪਣੀਆਂ ਅਗਲੀਆਂ ਜੋ ਅਗਲੀ ਸਾਡੀ ਪਲੰਘਾਂ ਨੇ, ਅਸੀਂ ਅਗਲੀਆਂ ਤਰੱਕੀ ਦੀਆਂ ਪਲੰਘਾਂ ਨੇ, ਉਹਨਾਂ ਦਾ ਆਨੰਦ ਮਾਣ ਸਕੀਏ। ਜੀ ਥੈਂਕ ਯੂ ਸਰ। ਸਰ, ਸਾਡੀ ਪਹਿਲੇ ਵੀ ਗੱਲ ਹੋਈ ਸੀ, ਬਟ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦੀ ਹਾਂ ਕਿ ਇਹ ਜੋ 5 ਮੈਂਬਰ ਚੁਣੇ ਗਏ ਹੈ, ਇਹ ਕਿਹਨਾਂ ਨੇ ਚੁਣੇ ਹੈ? ਸ਼ਮਿਤਾ ਜੀ, ਇਹ ਜਿਹੜੀ ਕਮੇਟੀ ਹੈ, ਇਸ ਬੀਨ ਅਪੁਆਇੰਟਡ ਬਾਈ ਨਿਊ ਜਰਸੀ ਸੈਨੇਟ ਪ੍ਰੈਜ਼ੀਡੈਂਟ। ਅੱਜ ਤੋਂ ਕੋਈ 6 ਮਹੀਨੇ ਪਹਿਲਾਂ ਪ੍ਰੋਸੈਸ ਸ਼ੁਰੂ ਹੋਈ ਸੀ। ਉਹਦੇ ਵਿੱਚ ਉਹਨਾਂ ਨੇ ਨੋਮੀਨੇਸ਼ਨਸ ਮੰਗੀਆਂ ਸੀ ਵੀ ਕਿਹੜੇ ਬੰਦੇ ਲੀਡਰਸ਼ਿਪ 'ਚ ਐਲੀਜੀਬਲ ਨੇ। ਉਹਨਾਂ ਦੇ ਰੈਜ਼ੂਮੇਸ, ਉਹਨਾਂ ਦੇ ਬਾਇਓਡਾਟਾ, ਉਹਨਾਂ ਦੀ ਜੋ ਐਕਸਪੀਰੀਅੰਸਿਸ ਕਮਿਊਨਿਟੀ ਦੇ ਵਿੱਚ, ਜੋ ਉਹਨਾਂ ਦੀ ਅਚੀਵਮੈਂਟਸ ਨੇ, ਸਾਰੀਆਂ ਉਹਨਾਂ ਨੂੰ ਭੇਜੀਆਂ ਗਈਆਂ ਸੀ। ਉਹਨਾਂ 'ਚ ਉਹਨਾਂ ਨੇ 5 ਨਾਂ ਜਿਹੜੇ ਸਿਲੈਕਟ ਕੀਤੇ ਨੇ, ਉਹ ਸਾਰੀ ਸਟੇਟ ਨੂੰ ਰਿਪ੍ਰਜੈਂਟ ਕਰਦੇ ਅਕਰੋਸ ਦਾ ਰੀਜਨ, ਅਤੇ ਉਸ ਬੇਸ 'ਤੇ ਇਹ ਕਮੇਟੀ ਬਣੀ ਹੈ। ਸੋ ਐਵਰੀਬਾਡੀ ਹੈਜ਼ ਬੀਨ ਅਪੁਆਇੰਟਡ ਬਾਏ ਦੀ ਸੈਨੇਟ ਐਂਡ ਅਸੈਂਬਲੀ ਐਂਡ ਨਿਊ ਜਰਸੀ ਸਟੇਟ ਲੈਜਿਸਲੇਚਰ। ਥੈਂਕ ਯੂ ਫੋਰ ਐਕਸਪਲੇਨਿੰਗ ਦੈਟ ਟੂ ਅਸ। ਐਂਡ ਇਹ ਐਗਜ਼ਾਮਪਲ ਬਾਕੀ ਕੰਟਰੀ ਦੇ ਵਿੱਚ ਵੀ ਜਥੇਬੰਦੀਆਂ ਸਿੱਖ ਕਮਿਊਨਿਟੀਜ਼ ਇਹਨੂੰ ਅਡੋਪਟ ਕਰ ਸਕਦੀਆਂ, ਉਹਦੇ ਲਈ ਵੀ ਦੇ ਕੈਨ ਰੀਚ ਆਊਟ ਟੂ ਯੂ। ਸਰ, ਯੂ ਆਰ ਹੋਲਡਿੰਗ ਦ ਰੈਜ਼ੋਲੂਸ਼ਨ, ਸੋ ਮੈਂ ਜ਼ਰੂਰ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਇਹਦੀ ਸਿਗਨੀਫਿਕੈਂਸ, ਬਿਕੋਜ਼ ਸਾਡੇ ਗੁਰੂਆਂ ਦਾ ਨਾਮ ਇੱਥੇ ਦੇ ਪੋਲੀਟੀਕਲ ਸਿਸਟਮ ਦੇ, ਇੱਥੇ ਦੇ ਅਫੀਸ਼ਲ ਰੈਕਰਡ ਦੇ ਵਿੱਚ ਆਉਣਾ, ਉਹਨਾਂ ਨੇ ਚੇਂਬਰ ਦੇ ਵਿੱਚ ਲਿੱਤਾ, ਸਾਡੇ ਇਤਿਹਾਸ ਦੀ ਮੈਂਸ਼ਨ ਕੀਤੀ, ਇਹਦੀ ਕੀ ਸਿਗਨੀਫਿਕੈਂਸ ਹੈ? ਆਈ ਮੀਨ ਇਟਸ ਅ ਮੈਟਰ ਆਫ ਹਿਸਟੋਰੀਕਲ ਰੈਕਰਡ, ਬਟ ਮੈਂ ਚਾਹੁੰਦੀ ਤੁਸੀਂ ਸਾਨੂੰ ਥੋੜ੍ਹਾ ਜਿਹਾ ਦਰਸ਼ਕਾਂ ਨੂੰ ਦੱਸੋ ਇਹਦੀ ਕੀ ਸਿਗਨੀਫਿਕੈਂਸ ਹੈ। ਇਟਸ ਅ ਹਿਸਟੋਰਿਕ ਡੇ ਟੂਡੇ ਦੈਟ ਇਨ ਨਿਊ ਜਰਸੀ ਸੈਨੇਟ ਐਂਡ ਅਸੈਂਬਲੀ ਆਰ ਗੁਰੂ 9th ਗੁਰੂ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਓਨਰ ਹੋਇਆ, ਜਿਨ੍ਹਾਂ ਨੂੰ ਕਿ ਧਰਮ ਦੀ ਆਜ਼ਾਦੀ, ਫਰੀਡਮ ਆਫ ਰਿਲੀਜਨ ਐਂਡ ਹਿਊਮਨ ਰਾਈਟਸ ਦੇ ਲਈ ਰਿਕੋਗਨਾਈਜ਼ ਉਹਨਾਂ ਦਾ ਸਾਡੇ ਧਰਮ ਨੂੰ ਕੀਤਾ ਹੈਗਾ। ਸਾਡੇ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਅਸੀਂ ਦੁਨੀਆ ਨੂੰ ਦੱਸ ਸਕੀਏ ਕਿ ਜੋ ਅਸੀਂ ਇੱਕ ਥੋੜ੍ਹੀ ਬਹੁਤ ਘੱਟ ਗਿਣਤੀ ਦੇ ਵਿੱਚ ਦੁਨੀਆ ਦੇ ਵਿੱਚ ਲੋਕ ਹੈ, 2% ਵੀ ਨਹੀਂ, ਇਸ ਤੋਂ ਵੀ ਘੱਟ ਹੋਵਾਂਗੇ, ਪਰ ਸਾਡੇ ਪਿੱਛੇ ਕਿੰਨਾ ਇੱਕ ਸਾਡਾ ਜਿਹੜਾ ਸਾਡਾ ਪਰੰਪਰਾ ਜਾਂ ਸਾਡਾ ਇਤਿਹਾਸ ਹੈ, ਸਾਡੀ ਹਿਸਟਰੀ ਹੈ, ਸਾਡੇ ਗੁਰੂ ਸਾਹਿਬ ਨੇ ਸਾਨੂੰ ਕਿੰਨੀ ਵਿਲੱਖਣਤਾ ਦਿੱਤੀ ਹੈ, ਜੋ ਅੱਜ ਦੁਨੀਆ 21st ਸੈਂਚਰੀ ਦੇ ਵਿੱਚ ਸੋਚ ਰਹੀ ਹੈ ਕਿ ਅਸੀਂ ਸਾਰੇ ਇੱਕ ਹਾਂ, ਸਭ ਨੂੰ ਜਿਹੜੇ ਸਾਡੇ ਮੂਲ ਬੁਨਿਆਦੀ ਅਧਿਕਾਰ ਹਨ, ਬੋਲਣ ਦਾ, ਧਰਮ ਨੂੰ ਮੰਨਣ ਦਾ, ਸਾਰੇ ਜਾਤ ਪਾਤ ਧਰਮਾਂ ਤੋਂ ਉੱਪਰ ਉੱਠ ਕੇ ਸਾਰੇ ਅਸੀਂ ਇਨਸਾਨੀਅਤ ਦਾ ਧਰਮ ਅਪਣਾ ਕੇ ਇਕੱਠੇ ਹੋਈਏ, ਉਹ ਅੱਜ ਇੱਕ ਸਾਡਾ ਮੀਲ ਪੱਥਰ ਇੱਕ ਸਾਬਤ ਹੋਇਆ ਨਿਊ ਜਰਸੀ ਦੇ ਵਿੱਚ। ਅਤੇ ਅਸੀਂ ਉਮੀਦ ਕਰਦੇ ਹਾਂ ਸਾਡੀ ਜਿਹੜਾ ਸਿੱਖ ਡਾਇਸਪੋਰਾ ਜਿਹੜਾ ਹੋਰ ਜਿਹੜੀ ਆ ਸਟੇਟਾਂ ਦੇ ਵਿੱਚ ਵੀ, ਅਤੇ ਵਰਲਡ ਵਾਈਡ ਇੰਡੀਆ ਤੱਕ ਇਹ ਸਾਰਾ ਜਿਹੜਾ ਇਹਦੀ ਸੈਲੀਬ੍ਰੇਸ਼ਨ ਹੋਣੀ ਚਾਹੀਦੀ ਆ, ਤਾਂ ਕਿ ਅਸੀਂ ਦੁਨੀਆ ਨੂੰ ਦੱਸ ਸਕੀਏ ਜੋ ਦੁਨੀਆ ਅੱਜ ਸੋਚ ਰਹੀ ਆ, ਸਾਡੇ ਗੁਰੂ ਸਾਹਿਬਾਂ ਨੇ 500 ਸਾਲ ਤੋਂ ਪਹਿਲੇ ਇਹ ਸ਼ੁਰੂ ਕੀਤਾ, ਮਾਨਵਤਾ ਦਾ ਜੋ ਸਾਰੀ ਸਾਂਝੀਵਾਲਤਾ ਦਾ ਮਨੁੱਖੀ ਅਧਿਕਾਰਾਂ ਦਾ ਜਿਹੜਾ ਏਜੰਡਾ ਹੈਗਾ, ਉਹ ਅਸੀਂ ਅੱਗੇ ਲੈ ਕੇ ਚੱਲੀਏ। ਥੈਂਕ ਯੂ। ਥੈਂਕ ਯੂ। ਓਂਕਾਰ ਸਿੰਘ ਜੀ, ਜੋ ਕਿ ਨਿਊ ਜਰਸੀ ਦੇ ਵਿੱਚ ਸੇਵਾ ਨੂੰ ਪਰਸੋਨੀਫਾਈ ਕਰਦੇ ਹੈ, ਜਿੱਥੇ ਸੇਵਾ ਦੀ ਗੱਲ ਆਉਂਦੀ ਹੈ, ਓਂਕਾਰ ਜੀ ਹਮੇਸ਼ਾ ਅੱਗੇ ਖੜ੍ਹ ਕੇ ਸਿੱਖ ਕੌਮ ਨੂੰ ਰੈਪ੍ਰਜੈਂਟ ਕਰਦੇ ਹੈ। ਸਰ, ਭਾਵੇਂ ਲੈਟਸ ਸ਼ੇਅਰ ਅ ਮੀਲ ਹੋਏ, ਭਾਵੇਂ ਤੁਹਾਡਾ ਵਨਨੈਸ ਪ੍ਰੋਗਰਾਮ ਜੋ ਤੁਸੀਂ ਕੀਤਾ ਸੀ ਗੁਰੂ ਨਾਨਕ ਦੇਵ ਜੀ ਦੀ ਸੈਲੀਬ੍ਰੇਸ਼ਨ ਦੇ ਵਿੱਚ ਨਿਊ ਜਰਸੀ ਨੇ ਵੱਡੇ ਲੈਵਲ 'ਤੇ, ਜੋ ਸਿੱਖ ਕਮਿਊਨਿਟੀ ਦੇ ਇਸ ਤਰ੍ਹਾਂ ਦੇ
कम्यूनिटी वाइड इवेंट्स या सेवावां साढ़े लिए होंदियां या इस तरह के एक्शन इन्हों का इंपैक्ट बाकियां दे भावें वह पॉलिटिशियंस होन भावें नॉन इंडियन होन बाकी कम्यूनिटी किस तरह का इंपैक्ट पैंदा है। वाहिगुरू जी का खालसा वाहिगुरू जी की फतेह। सब सिखन को हुक्म है गुरु मान्यो ग्रंथ, गुरु ग्रंथ जी मान्यो प्रगट गुरां की देह। राइट, आपां अगे आके कहने आ राज करेगा खालसा आकी रहे न कोई। राज तां ही होना, राज इह राज करन वाली गल नहीं कही, राज आपां इह आ कि इंसानियत दा जिहड़ा साडे धर्म दे विच गल लिखी गई ਇਹ ਆਪਾਂ ਨੂੰ ਇਸ ਤਰ੍ਹਾਂ ਦੇ ਸਾਰੇ ਪ੍ਰੋਗਰਾਮ ਸਾਰੀ ਅਮਰੀਕਾ ਦੇ ਵਿੱਚ ਸਾਰੀਆਂ ਕੰਟਰੀਆਂ ਦੇ ਵਿੱਚ ਜੇ ਆਪਾਂ ਕਰਾਂਗੇ ਆਪਾਂ ਇਨਸਾਨੀਅਤ ਦਾ ਉਪਦੇਸ਼ ਗੁਰੂ ਤੇਗ ਬਹਾਦਰ ਜੀ ਦੀ ਸੋਚ ਜਿਹੜੀ 400 ਸਾਲ ਪਹਿਲਾਂ ਸੀਗੀ ਉਹ ਸਾਰਿਆਂ 'ਚ ਵੰਡਾਂਗੇ ਤਾਂ ਕਿਉਂ ਨਹੀਂ ਸਾਡੀ ਕੌਮ ਰਾਜ ਕਰੇਗੀ, ਕਿਉਂ ਨਹੀਂ ਸਾਡਾ ਸਿਧਾਂਤ ਰਾਜ ਕਰੇਗਾ। ਇੱਥੇ ਰਾਜ ਬੰਦਿਆਂ ਦੇ ਨਹੀਂ, ਰਾਜ ਸਿਧਾਂਤਾਂ ਦੇ ਹੁੰਦੇ ਆ, ਰਾਜ ਇਨਸਾਨੀਅਤ ਦੇ ਹੁੰਦੇ ਆ, ਰਾਜ ਬੰਦਿਆਂ ਦੇ ਨਹੀਂਗੇ, ਰਾਜ ਹੈਗੇ ਆ ਜਿਹੜੀ ਆਪਾਂ ਨੇ ਸਾਨੂੰ ਉਹਨਾਂ ਨੇ ਇਨਸਾਨੀਅਤ ਦਾ ਦੱਸਿਆ ਸੀਗਾ। ਰਾਈਟ, ਉਹ ਮੈਂ ਚਾਹੁੰਦਾ ਕਿ ਇੱਥੇ ਤੱਕ ਬਸ ਨਾ ਹੋਵੇ, ਅਮਰੀਕਾ ਦੇ ਜਿੰਨੇ ਬੰਦੇ ਵੀ ਸੁਣਦੇ ਆ ਆਪਣੇ ਸਾਰੇ ਸਾਰੇ ਸਟੇਟਾਂ ਦੇ ਵਿੱਚ ਆਪਣੀਆਂ ਸਾਰੀਆਂ ਕੰਟਰੀਆਂ ਦੇ ਜਾਂ ਜਿੰਨੇ ਜਿੰਨੇ ਵੀ ਬੰਦੇ ਜਿੱਥੇ ਜਿੱਥੇ ਵੀ ਆਪਣੀ ਪਹੁੰਚ ਲੱਗਦੀ ਆ ਇਹ ਦਿਨ ਨੂੰ ਮਨਾਓ ਕੇ ਆਪਣੇ ਉੱਥੇ ਦੇ ਬੰਦਿਆਂ ਨੂੰ ਸਿੱਖੀ ਦਾ ਪ੍ਰਚਾਰ ਕਰਨਗੇ ਕਿ ਇਹ ਦਿਨ ਕਿਉਂ ਮਨਾਇਆ ਗਿਆ ਅਤੇ ਇਹ ਸੋਚ 400 ਸਾਲ ਪਹਿਲਾਂ ਪਈ ਸੀਗੀ ਤਾਂ ਉਹੀ ਸੋਚ ਨੂੰ ਅੱਗੇ ਆਪਾਂ ਦੁਨੀਆ ਵਿੱਚ ਲਿਜਾ ਕੇ ਦੁਨੀਆ ਦੇ ਵਿੱਚ ਆਪਾਂ ਆਪਣੇ ਧਰਮ ਦਾ ਨਾਂ ਇੱਕ ਨੰਬਰ 'ਤੇ ਕਰ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸੋ ਮਚ ਓਂਕਾਰ ਸਿੰਘ ਜੀ। ਹੋਰ ਤੁਹਾਡੇ ਨਾਲ ਗੱਲ ਕਰਾਉਂਦੇ ਹਾਂ, ਸਾਰੇ ਸਾਡੇ ਨਾਲ ਜੁੜੇ ਹੋਏ ਅਤੇ ਤੁਹਾਨੂੰ ਚੇਂਬਰ ਦੇ ਵਿੱਚ ਵੀ ਲੈ ਕੇ ਜਾਵਾਂਗੇ ਕਿ ਕਿਸ ਤਰ੍ਹਾਂ ਇਸ ਰੈਜ਼ੋਲਿਊਸ਼ਨ ਨੂੰ ਪਾਸ ਕੀਤਾ ਜਾ ਰਿਹਾ ਇੱਥੇ ਦੀ ਸਟੇਟ ਅਸੈਂਬਲੀ ਵੱਲੋਂ। ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲੁੱਕਦੀ ਹੈ, ਕਿੱਥੇ ਨਾ ਜਾ ਮਿਲਦੇ ਹਾਂ ਬ੍ਰੇਕ ਤੋਂ ਉਸ ਬਾਅਦ। Issue to know it dissolves after the great flood. Those laws are the cornerstone.
master the ruler of the universe, and thus the holy universal boss to all the society. Master of the universe, great good health and good cheer, and most important help to all who are gathered here today, and help them to be successful in all their endeavors on behalf of the citizens of the state of New Jersey, and on the all state. Amen. 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 Next, we have the Pledge of Allegiance, led by Senator Carrado. Martin Luther has played a vital role
solemnly to eternity and respect while striving to conquer hatred and division in the sacred teaching and the admirable tenets of honest work, charity, volunteerism, and sharing with those in need. And whereas it is altogether proper and fitting for this legislature to recognize human rights and religious freedom day in the 400th anniversary of the birth of the Baruch King Bahador, and to encourage all New Jerseyans to participate fittingly in his observance, now therefore be it resolved by the Senate and General Assembly of the State of New Jersey, this legislature hereby submits members of New Jersey's community and extends best wishes for a successful and joyous human rights and religious freedom day. Be it further resolved that we will authenticate a copy of this resolution, signed by the Senator and the Assembly Speaker, and attested by the Senate. Secretary Kennedy shall report. Thank you. Senator Cal, notice the resolution. On the resolution, Senator Cal. Thank you. Mr. President, the Sikh community, which traces its origin back to the state of Punjab in the Republic of India, began immigrating to the United States more than 100 years ago. And since then, Sikhs have played a vital role in the growth and vitality of our nation. I thank you for doing this resolution, for coming up with it, and for respecting and paying tribute to a community that does so much across our 21 counties for the culture and heritage here in our Garden State. I think of folks like Raji Bala, first Sikh American mayor in Hoboken, New Jersey, Attorney General Zaheer Grewal, and so many other trailblazers in the Sikh community. So thank you, Mr. President, for doing this resolution, which recognizes on April 18, 2021, the 400th birth anniversary of their guru, the Human Rights and Religious Freedom Day. Thank you, Mr. President. Thank you, Senator Powell. And I would also like to thank the Sikh community for everything they do to add to this state and making it greater. So with that, anyone for roll call, all those in favor, so you will say aye. Aye. Those opposed, yes, have it. Congratulations. ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਹੁੰਚੇ ਹਾਂ ਨਿਊ ਜਰਸੀ ਸਟੇਟ ਹਾਊਸ ਜੋ ਇਹ ਆਪਾਂ ਕਹਿ ਸਕਦੇ ਹਾਂ ਹਿਸਟੋਰੀਕਲ ਪੰਜ ਮੈਂਬਰੀ ਕਮੇਟੀ ਬਣੀ ਹੈ ਅਤੇ ਗੁਰੂ ਤੇਗ ਬਹਾਦਰ ਜੀ ਦੇ ਅੱਜ ਇਸ ਸੀਕਰਟ ਹਾਊਸ ਇਸ ਹਿਸਟੋਰੀਕਲ ਜਗ੍ਹਾ 'ਤੇ ਸਿੱਖ ਕਮਿਊਨਿਟੀ ਪਹੁੰਚੀ ਹੈ ਅਤੇ ਕੀ ਸਿਗਨੀਫਿਕੈਂਸ ਹੈਗੀ ਇਸ ਪੰਜ ਮੈਂਬਰੀ ਕਮੇਟੀ ਦੀ ਅਤੇ ਇਸ ਦਿਨ ਦੀ ਇਸ ਦਿਹਾੜੇ ਦੀ ਇਹਦੀ ਗੱਲ ਕਰਾਂਗੇ ਸਭ ਤੋਂ ਪਹਿਲੇ ਹਰਜਿੰਦਰ ਸਿੰਘ ਜੀ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ ਸਿੰਪਲ ਸ਼ਬਦਾਂ 'ਚ ਇਹ ਜੋ ਪੰਜ ਮੈਂਬਰੀ ਕਮੇਟੀ ਹੈ ਕਿਹਨਾਂ ਨੇ ਅਪੁਆਇੰਟ ਕੀਤੀ ਅਤੇ ਕਿਉਂ ਅਪੁਆਇੰਟ ਕੀਤੀ ਗਈ जी वाहेगुरू जी का खालसा वाहेगुरू जी की फतेह अश्मिता जी वी हैव बीन वर्किंग विद द सैनेट प्रेजिडेंट एंड द स्पीकर ऑफ दिस लैजिस्लेचर फॉर सो मैनी ईयरस उन्होंने पता भी सिखा की कंट्रीब्यूशन न्यू जर्सी स्टेट विच की है सिक्स आर वन ऑफ द फैसटैसट ग्रोइंग माइनॉरिटी इन दिस न्यू जर्सी स्टेट न्यू जर्सी इज़ वन ऑफ द मोस्ट डाइवर्स स्टेट इन द होल कंट्री इस करके सिखा नू इस चीज़ नू देख के इस कंट्री दे इस स्टेट दे जेड़े पॉलिटिशियंस ने जेड़े लीडर्स ने उन्होंने इस चीज़ की लोड महसूस की थी क्योंकि सिक्स आर न्यू टू दिस कंट्री भी असी जे सिखा वास्ते कोई काम करना जां कोई लैजिस्लेशन करनी है जां कोई होर आइडियाज़ आते ने डिफरेंट पार्ट्स तो उहदे वास्ते दे नीड टू नो फ्रॉम द सिख लीडरशिप इटसैल्फ उस चीज़ को मद्देनजर रखते हुए उन्होंने एक सिख एडवाइजरी कमेटी जिन्हों की न्यू जर्सी सिख्स कमेटी है उस पांच मैंबर जोड़े ने अपॉइंट किए ने सैनेट प्रेजिडेंट ने वो पांच मैंबर जोड़े ने हरजिंदर सिंह कैल तो अपना सतनाम सिंह विरक राजपिंदर सिंह बदेशा तो यादविंदर सिंह तो अपना हरजिंदर सिंह ये जोड़े ने पंजों मैंबर जोड़े ने दे रिप्रजेंट ऑल रीजनज ऑफ द न्यू जर्सी ते ए जड़े सिखां दा पॉइंट ऑफ व्यू लैके जिहड़ी ए जिहड़ी उन्दी मीटिंग्स जिहड़ियां ने सैनेट प्रेजिडेंट ना ईवन गवर्नर दे नाल भी साडियां मीटिंग्स होणगियां टाइम टू टाइम ते ए जिहड़ी सिखां दी जिहड़ियां इशूज़ ने उहनूं प्रोजेक्ट करनगे जे उहनां नूं कोई क्वेश्चन होंगे सिखिज़म बारे उहदे जवाब देणगे ते कोई भी लैजिस्लेशन जां कोई भी मते जिहड़े इत्थे स्टेट विच जाणे ने ए कमेटी दे विचों रिव्यू करके
क्योंकि कोई भी बंदा, कोई भी सैनेटर, कोई भी असैम्बलीमैन कोई भी मता ले आ सकता है। जो सिखा रिलेटेड होएगा इट बी राउटेड थ्रू दिस कमेटी। वी मेक श्योर भी एवरीथिंग इज़ करैक्ट एंड इसे चीज़ वास्ते एक कमेटी जी बनी है। इससे फर्स्ट इन द नेशन, इससे पायनियरिंग कमेटी जी असं होप करते हैं कि इनू देख के बाकी स्टेटा भी दूजे जोड़े सिख ने वो इसी कमेटियां जी संगठन कर। हरजिंदर सिंह जी, एक चीज़ जो इत्थे अज आपां इस कमेटी दे राही करन जा रहे हैं, जो ये साड़ी सिख कम्यूनिटी लई या सिख पंथ लई एक इतिहासिक दिन है, उहदे बारे भी सानू दसो कि इस वेले अज ये क्यों हो रहा है। देखो, असी कुछ महीने पहला असी सैनेट प्रेजिडेंट नूं मिले सी, उस वेले ये कमेटी होंद विच नहीं सी आई। जगराज सिंह ते मैं असी दोवे जने गए सी, कोविड करके काफ़ी रिस्ट्रिक्शनज ने, इस करके लिमिटेड मीटिंग्स होंदियां ने। असी उन्होंने कहा सी भी साडे 9th गुरु गुरु तेग बहादुर जिन्हां ने कि एक धर्म नू बचाण वास्ते जिहड़ा कि उहदा अपना धर्म भी नहीं सी सैक्रीफाइस दिता, तो असी उन्हूं रैकोगनाइज करना चाहते हैं क्योंकि इस 9th गुरु की जां ईवन मैनूं पता है अज तो 2 साल पहला 550 साल जिहड़ा वर्ल्ड इक्वैलिटी डे डिकलेयर किया गया सी, उस वेले गुरु नानक देव जी नूं रैकोगनेशन जिहड़ी है वैसटर्न वर्ल्ड विच पहली बारी मिली सी। असी 9th गुरु नूं इह रैकोगनेशन करवाउण वास्ते भी जिन्होंने एड्डी वड्डी कुरबानी की है, उन्होंने फिर इस चीज़ नूं मद्दे रखदे एक जॉइंट रेजोल्यूशन अज जिहड़ी अज दे सैशन विच जिहड़ा अडोप्ट होना है असैम्बली वालों भी ते सैनेट वालों भी। उन्होंने 18 अप्रैल 2021 जिहड़ा कि 400 साल गुरु तेग बहादुर जी का बर्थ एनिवर्सरी है, प्रकाश उत्सव है, उन्हों उन्होंने ह्यूमन राइट्स एंड रिलीजियस फ्रीडम डे डिकलेयर कर रहे हैं टू रैकोगनाइज हिज सैक्रीफाइस जिहड़ा कि 1675 दे विच जिहड़ी शहीदी चांदनी चौंक विच हिंदू धर्म नूं बचाउण वास्ते जिहड़ी अपने गुरु तेग बहादुर ने दित्ती सी। इस चीज़ नूं रेजोल्यूशन विच इह भी इनकलूड किया गया भी इन्हां नूं असीं धर्म की चादर कहने, शील्ड ऑफ द रिलीजन। सो इस चीज़ नूं इस करके सारे कमेटी मैंबरस जिहड़े सिक्स ने, क्योंकि कोविड करके असीं बाहले बंदियां नूं नहीं इनवाइट कर सके, पर जिहड़े प्रोमिनेंट बंदे इस चीज़ इनवॉल्व ने वो सारे इत्थे हाजिर ने। स्पीकिंग विद मोर मैंबरस ऑफ दिस हिस्टोरिकल 5 मैंबरी कमेटी जो न्यू जर्सी स्टेट सैनेट वालों अपॉइंट की गई, सैनेट प्रेजिडेंट वालों अपॉइंट की गई, सिख मसलियां नूं डिबेट करन लई, डिस्कस करन लई एक होर मैंबर साडे नाल जुड़े हन। सर, आई वॉन्ट यू टू स्टार्ट विद जो ये 5 मैंबरी कमेटी, इहदा की मेकअप हैगा, हु डू यू रैप्रजेंट एंड की सिग्निफिकेंस हैगी इस कमेटी की इन द एक्शनज ऑफ द न्यू जर्सी स्टेट सैनेट। न्यू जर्सी स्टेट प्रेजिडेंट वालों स्टीवन स्वीनी उन्होंने एक कमेटी नॉमीनेट की है। बेसिकली दिस कमेटी रिप्रजेंट्स ऑल सिख कम्यूनिटी, वी हैव मोर दैन 11 गुरु गुरद्वाराज राइट नाउ एंड वो सारे गुरु घर जोड़े है फ्रॉम साउथ टू नॉर्थ, उन्होंने एक कमेटी है जी कि एक तालमेल कमेटी दे वजो कम करेगी, क्योंकि आप जिस तरह साल पहले गुरु नानक देव जी का गुरपुरब 550 साल मनाया सी, उस टाइम ये गल चली सी ताकि जिहड़ी सिख कम्यूनिटी की सही रिप्रजेंटेशन हो सके सिख मसलों बारे, तो बाकी भी जो सिख कम्यूनिटी दे जो क्योंकि वी आर ग्रोइंग इन न्यू जर्सी तो वो जेडे अपने बेसिक जेडे राइट्स ने जा उना दे जेडे समाजिक जा सोशल जेडे इशूज़ ने उन्हां एक चंगे तरीके नाल ताकि सारी एक कम्यूनिटी नू इनकलूसिव करके सारे गुरु घर के जो कमेटियां ने वर्किंग कमेटियां ने जा सिख संगत है उन्हां नाल तालमेल करके जेडा सांझे मसले जेडे आ स्टेट दे जा असैम्बली दे कांग्रेस दे अगे न्यू जर्सी गवर्नमेंट दे अगे लिजा सकीए ते उन्हां नू हल करन दी कोशिश की जाएगी। सर, जिथे न्यू जर्सी दे गुरुद्वारियां दा रोल आंदा है, इदां दी पहले कदी यूनिफाइड अप्रोच वेखी गई है, खास करके जिथे साडे गुरु घर ते अमेरिकन सिस्टम दी तालमेल दी गल आंदी है, और इज दिस वन ऑफ द फर्स्ट टाइम्स वी आर सीइंग दिस। ये पहली बारी हो रहा जी, क्योंकि सिख कम्यूनिटी कंपैरेटिवली वी आर न्यू इन दिस कंट्री, तो हुण तक असी ज़्यादा जिहड़ा सिख कम्यूनिटी का रोल रहा गुरु घर बनाने वास्ते कम्यूनिटी नूं इकट्ठा करने वास्ते है। इहदे विच जिन्ने भी मैंबर आ सारे मोस्टली जिहड़े गुरु घरां दे विचों ही निकल के गए, जिन्हां ने कई साल मैनेजमेंट कमेटियां दे विच कम किया है,
तो ये जो कमेटी भी होंदे विच आई सी साढ़े कोल साढ़े बायोडाटाज लै गए सीगे साल तो पहले दी गल है उहदे विच जिहड़ी तुहाडी कम्यूनिटी इनवॉल्वमेंट है जिहड़ी तुसीं हुण तक कम्यूनिटी लई की कीता है जां कित्थे पार्टिसिपेट करदे रहे हो उह लिया सीगा ते उहदे बेस ते ही है कि जिहड़े पंज मैंबर ने यह कोशिश करनगे जां इह समर्था रखदे ने कि सारी सिख कम्यूनिटी दे नाल तालमेल पैदा कर सकन ते सारिआं नूं रल मिल के असीं चल सकीए। आई थिंक नाउ जे साडा अगला जिहड़ा स्टैप हैगा न्यू जर्सी सिख कम्यूनिटी दा गुरु घरां दा जिथे असीं बहुत निर्माण कीता साडे बच्चे भी चंगे खालसा स्कूल ने गुरद्वारिआं दे विच असीं जिहड़ी न्यू जर्सी गौरमेंट आ उहदे विच साडी पार्टिसिपेशन जा के होर भी अग्गे होवे। ऑलरेडी साडी बहुत अच्छी पार्टिसिपेशन है साडे अटॉर्नी जनरल सरदार गुरवीर सिंह गरेवाल साडे सिख कम्यूनिटी दे साडे होनहार हन ते साडे होर भी अगे बहुत सारे जिहड़े साडे न्यू कमर्स ने गे साडे यूथ हैगी आ ओह इहदे विच पार्टिसिपेट करे साडा इह भी उपराला इहदे नाल ही होएगा। जी थैंक यू सो मच। हुन मैं तुहाडे नाल थोड़े जिहे लव सांझे करना चाहुंदी हां साडे नाल जोहल साहब जो कि सिख कम्यूनिटी दे मैं कहांगी एक किस्म दे फाउंडिंग फादर हैगे जो सिख कम्यूनिटी दा अज फुटप्रिंट खास करके न्यू जर्सी दे विच। जोहल साहब तुसीं पुराने तो आए हुए हो तुसीं ए एवोल्यूशन देखी है साडी कम्यूनिटी दी सो अज ए किन्नी सिग्निफिकेंस है इस इवेंट दी कि इत्थे ए पंज मैंबरी कमेटी पहुंची है न्यू जर्सी स्टेट हाउस दे विच जो तुसीं जर्नी देखी कम्युनिटी दी शुरुआत तो अज तक तुसी पढ़ोगे। हाँ वाहेगुरु जी खालसा वाहेगुरु जी की फतेह। मेरा नाम हरदयाल सिंह जौल आ। मैं इस वेले पहला कलोनिया रहिंदा सानू कारटेट च रहिंदा जिन्हों कि असी करतारपुर भी दा नाम काफ़ी मशहूर किया होया। मैनू तकरीबन 50 साल हो गया आ जदों मैं आया सी मैं कल्ला सी और मेरा एक सुपना सी कि कदे इत्थे भी साड़ी भी कम्यूनिटी वधेगी फुलेगी आएगी क्योंकि कला महसूस करते हुए इट वॉज ए ग्रेट एडवेंचर। पर वाहिगुरु की कृपा हुई वो दिन गए तो अज के दिन आए। अज के दिन विच उस करतारपुर विच जिन्हों कार्टर भी कहने असी ना उहदा हैगा लेकिन करतारपुर कहने उहदे विच घट्टो घट इस वेले असी 22% पापूलेशन हाँ दैट मीनस इट द बिगैसट परसेंटेज इन न्यू जर्सी। तो उहदे विच साडे बहुत सारे मसले आए सी। मैं प्रेजिडेंट भी रहा प्लैनिंग बोर्ड का तकरीबन 10 साल हुण मैं कमिश्नर हाँ रीडिवेलपमेंट के काउंटी च भी मौका मिले सेवा करन दा। पर ज़्यादा चीज़ हुंदी है कि अपने शहर के अपने लोगों की जिहड़ियां समस्यावां ने कोई एजुकेशन की घाट आ स्कूलों प्रॉब्लम आउंदियां लेडीज़ नूं प्रॉब्लम आउंदियां सीनियरां नूं प्रॉब्लम आउंदियां पार्क विच डिस्क्रिमिनेशन टाइप डिफरेंट रिमार्क्स आउंदे ने इन्हां सारियां चीज़ां नूं इशू करन विच मैनूं कार्टेट दे विच काफ़ी योगदान और हैल्प मिली। 2002 दे विच असीं रहमन नूं प्रेजिडेंट मेयर बनाया वह आपां ही बनाया सी ते उहदे नाल नाल असीं उदों 2004 दे विच निशान साहब भी चढ़ाया बिल्डिंग ते 2006 दे विच असीं सिख डे परेड भी शुरू की कार्टेट दे विच जिहड़ी अजे भी चली जाती आ और बड़े शौक दे नाल लोग उत्थे अवेयरनैस हुंदी साडी सारे शहर दे विच इस वक्त सारिआं नूं पता भी सिख कौन आ इन्हां दी हसीयत की आ। सारे कहिंदे आ भई इन्ने बीबे बंदे सानू जिहड़े इत्थे एक्चुअली गुरु नानक देव जी गुरु गोबिंद सिंह ने सानू साडी इह ड्यूटी लाई कि असीं बाहर जाए तो लोगों ने भी दसीए कि साडी सिविलाइजेशन की आ साडी फैमिली वैल्यूज़ की ने ह्यूमैनिटी के नाते साडियां केड़ियां केड़ियां रिस्पोंसिबिलिटियां बनदियां सिर्फ अपने वास्ते जीण वास्ते तुहाडी लाइफ नहीं। उस दिन गए तो हुण अज दा दिन साडी ताकत न्यू जर्सी विच वधदी गई ओवरऑल साडे बिजनेसमैन स्ट्रोंग हुंदे गए साडी एजुकेशन दे विच डॉक्टर्स बन गए अकाउंटेंट बने वकील बने बिजनेसमैन इंजीनियरिंग कंपनियां खुलियां। एज ए मैटर फैक्ट मेरी दो निसी दे हसबैंड ने उन्होंने एक इंजीनियरिंग कंपनी खोली हुई है विच इज़ मीडियम साइज तकरीबन 70-80 इंजीनियर इंप्लाय किए हुए ने। मतलब ये कहता भी असी इस एरिए दे विच बहुत ज़्यादा स्ट्रोंग हो गए। जो ये चीज़ा असी देखनिया ऑन एंड ऑन असी फंड रेजिंग भी पार्टीसीपेट करना लोकल लैवल से भी स्टेट लैवल से भी तो फिर इस गौरमेंट ने न्यू जर्सी की गौरमेंट ने सैनेट प्रेजिडेंट ने सोचा भी इन्हों प्रॉपर रिप्रजेंटेशन देने वास्ते इन्हों के होर इशूआ एड्रैस करने वास्ते वाई नॉट टू अपॉइंट ए 5-member कमेटी। उन फिर सारी न्यू जर्सी के विद ड्यू रिकमेंडेशन विद ड्यू स्टडी सारोली करके उन्होंने 5 मैंबर की कमेटी नॉमीनेट की जिदे
जिहदे विच बाकी तो सारे हैगे आ। सतनाम सिंह विरक क्योंकि बीमार आ, उन्हूं मैं सबस्टीट्यूट कर रहा। मेरा नाम वैसे सरदयाल सिंह जौला, मैं कमेटी च नहीं, पर असी फिर भी बैक ते 100% एन एकदम खड़े हाँ, ताकि इन्हां नूं जो भी इनपुट गुरुद्वारे विच्चों चाहीदी आ असी फीडबैक ला के, ताकि कोई भी इशू करंट इशू आ उहनूं असी एड्रैस कर सकीए। ये सिर्फ अज दा जिहड़ा प्रोग्राम आ, ये सिर्फ गुरु तेग बहादुर साहब दे हैगे आ, उहनां दे प्रकाश उत्सव दे उत्ते जिन्हां ने 1675 दे विच शहीदी दित्ती दूसरे मज़हब वास्ते। सो दिस इज़ ह्यूमन राइट डे, जिहड़ा कि असी स्टेट ते सैनेटर चाहते हाँ भी वो पास हो जाए, दैन इट विल बी कम इन द फॉर्म ऑफ रेवोल्यूशन रेजोल्यूशन, एंड दैट विल बी ग्रेट फॉर अस एंड इज प्राउड फॉर द सिख कम्यूनिटी इन न्यू जर्सी। थैंक यू वेरी मच। थैंक यू सर। असी जिस अपने इतिहासिक दिन लई अड़ीक रहे सी, वह अज साडे इत्थे न्यू जर्सी स्टेट दे विच साडे गुरु तेग बहादुर जी की जो लाशानी कुरबानी है उसनों उसके महत्व को इत्थे रखते हुए साड़ी स्टेट के दोहां ही घर दोहां ही हाउसा ने साडे गुरु तेग बहादुर जी के 400 साले दिवस में शहीदी दिवस में उन्होंने अपनी एक धर्म की आजादी धार्मिक आजादी तो ह्यूमन राइट्स डे की तौर तो 18 अप्रैल की मानता दी है। मैं साडे स्टेट के दोनों ही हाउसा का सदन का धन्यवाद करता हाँ। मेरे नाल इस टाइम साडे बर्लिंगटन तो सैनेटर सिंगलटन मिस्टर सिंगलटन हाजिर हैं, तो दूसरे पास गोपाल जी हाजिर हैं जर्सी तो जी तौर तो मैं इन्हों का भी धन्यवाद करता हाँ जिन्हें सपोर्ट की है, और खास तौर पर साढ़े प्रेजिडेंट सेंट प्रेजिडेंट स्टीव स्वीनी तो हाउस के स्पीकर सारा के धन्यवाद करते हाँ भी। थैंक्स टू ऑल ऑफ यू फॉर यूअर सपोर्ट फॉर दिस रेजोल्यूशन एंड वी एप्रीशिएट एंड वी लुक फॉरवर्ड from you for a future. Thank you very much. You want to say something? It is indeed a great honor and privilege to be with my friends from the Sikh community. Obviously, the strength of New Jersey is our diversity, and the Sikh community adds so much to the fabric of New Jersey. On this auspicious day, I couldn't think of a better place to be for us to honor my dear friend and colleague, Senator Gopal, all of those in the Sikh community who make New Jersey better. Thank you. It's also, I joined Senator Singleton. It's an honor and privilege. Sikh community does so much here in New Jersey. It's great that the New Jersey Senate and our Senate President, Steve Sweeney, found it important for this auspicious day to honor this community. Thank you. It's really a great honor and a great day for Sikhs. The New Jersey legislature, the Senate, and the Assembly has passed a resolution to recognize the sacrifice of Guru Tegh Bahadur, the 9th Sikh Guru, whose 400th birth anniversary is coming up on April 18th, 2021. And that day has been recognized as Human Rights Day and World Religious Freedom Day. Thank you very much. Thank you, Senator Singleton, Senator Venugopal, Senator Sweeney, and Speaker Craig Coughlin for this great recognition. Thank you very much. Thank you all. Thank you. ਤੁਹਾਨੂੰ ਦਿਖਾਏ ਕਿ ਕਿਸ ਤਰ੍ਹਾਂ ਇਹ ਇਤਿਹਾਸਿਕ ਤੌਰ 'ਤੇ ਗੁਰੂ ਤੇਗ ਬਹਾਦਰ ਜੀ ਲਈ ਉਹਨਾਂ ਦੀ ਯਾਦ ਵਿੱਚ ਉਹਨਾਂ ਦੇ ਤੁਸੀਂ ਕਹਿ ਲਓ ਬਰਥ ਸੈਲੀਬ੍ਰੇਸ਼ਨ ਲਈ ਸਟੇਟ ਅਸੈਂਬਲੀ ਨਿਊ ਜਰਜ਼ੀ ਰੈਕਗਨਾਈਜ਼ ਕਰ ਰਹੀ ਹੈ ਹਿਊਮਨ ਰਾਈਟਸ ਵਰਲਡ ਰਿਲੀਜੀਅਸ ਫਰੀਡਮ ਡੇ। ਕਿਸ ਤਰ੍ਹਾਂ ਇਹ ਰੈਜ਼ੋਲਿਊਸ਼ਨ ਪਾਸ ਹੋਇਆ, ਕਿਸ ਤਰ੍ਹਾਂ ਇੱਕ 5-member ਕਮੇਟੀ ਬਣਾਈ ਗਈ ਨਿਊ ਜਰਜ਼ੀ ਦੇ ਵਿੱਚ ਜੋ ਫਸਟ ਆਫ ਇਟਸ ਕਾਈਂਡ ਹੈ। ਸਟੇਟ ਦੇ ਸੈਨੇਟ ਪ੍ਰੈਜ਼ੀਡੈਂਟ ਨੇ ਆਪ ਚੁਣੇ ਸਾਡੀ ਕਮਿਊਨਿਟੀ ਦੇ 5 ਲੀਡਰ, ਉਹਨਾਂ ਨੇ ਉਹਨਾਂ ਦੇ ਬਾਇਓਡਾਟਾ ਉਹਨਾਂ ਦੇ ਬੈਕਗਰਾਊਂਡਸ ਵੈਰੀਫਾਈ ਕਰਕੇ ਉਹਨਾਂ ਦੀ ਕਮਿਊਨਿਟੀ ਸਰਵਿਸ ਵੇਖ ਕੇ ਕਿਹਾ ਕਿ ਸਿੱਖਾਂ ਦੇ ਮਸਲਿਆਂ ਲਈ ਇਨ 5 ਮੈਂਬਰਾਂ ਨੂੰ ਰੈਪ੍ਰਜੈਂਟ ਕਰੂਗੀ ਇਸ ਕਮਿਊਨਿਟੀ ਦੀ ਸਾਰੀ ਡਿਸਕਸ਼ਨਸ ਲਈ ਸਾਡੇ ਸਟੇਟ ਹਾਊਸ ਦੇ ਵਿੱਚ। ਸੋ ਹੁਣ ਮੈਂ ਤੁਹਾਨੂੰ ਥੋੜ੍ਹਾ ਜਿਹਾ ਹੋਰ ਗੱਲ ਕਰਾਉਣਾ ਚਾਹੁੰਦੀ ਹਾਂ ਜੋ ਇੱਥੇ ਕਮਿਊਨਿਟੀ ਦੇ ਲੀਡਰਸ, ਖਾਸ ਕਰਕੇ ਜਿੱਥੇ ਗੁਰਦੁਆਰਿਆਂ ਦਾ ਰੋਲ ਆਉਂਦਾ ਹੈ ਕਿ ਕਿਸ ਤਰ੍ਹਾਂ ਇੱਕ ਏਕਤਾ ਗੁਰਦੁਆਰਿਆਂ ਦੇ ਵਿੱਚ ਇੱਥੇ ਕਰਕੇ ਉਸ ਏਕਤਾ ਕਰਕੇ ਇਸ ਮੁਕਾਮ ਤੱਕ ਪਹੁੰਚੇ ਹਾਂ। ਅਵਤਾਰ ਸਿੰਘ ਜੀ, ਖਾਸ ਕਰਕੇ ਜਿੱਥੇ ਬ੍ਰਿਜ ਵਾਟਰ ਗੁਰਦੁਆਰੇ ਦੀ ਗੱਲ ਆਉਂਦੀ ਹੈ, ਤੁਸੀਂ ਪ੍ਰਧਾਨ, ਤੁਸੀਂ ਉਸ ਗੁਰਦੁਆਰੇ ਦੀ ਲੀਡਰਸ਼ਿਪ ਦੇ ਐਗਜ਼ੀਕਿਊਟਿਵ ਮੈਂਬਰ ਦੇ ਤੌਰ 'ਤੇ ਸਾਡੇ ਨਾਲ ਜੁੜ ਰਹੇ ਹੋ, ਕਿਸ ਤਰ੍ਹਾਂ ਦੀ ਏਕਤਾ ਨਿਊ ਜਰਜ਼ੀ ਦੇ ਗੁਰਦੁਆਰਿਆਂ ਨੇ ਦਿਖਾਈ ਹੈ ਅਤੇ ਕੀ ਬਾਕੀ ਕੰਟਰੀ ਦੇ ਗੁਰਦੁਆਰੇ ਇੱਥੋਂ ਸਿੱਖ ਸਕਦੇ, ਭਾਵੇਂ ਉਹ ਨਿਊਯਾਰਕ ਹੋਏ, ਕੈਲੀਫੋਰਨੀਆ ਹੋਏ ਜਾਂ ਵੱਖ ਵੱਖ ਸਟੇਟਾਂ ਦੇ ਵਿੱਚ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰੇ ਗੁਰੂ ਘਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਕਿਉਂਕਿ ਸਾਰੇ ਗੁਰੂ ਘਰਾਂ ਨੇ ਜਨਾਨੀ ਮਸਲੀ ਇਹ ਸਾਡੇ ਸਾਰੇ ਕੰਮ ਦੇ ਵਿੱਚ ਸਹਿਯੋਗ ਦਿੱਤਾ ਹੈ।
ਤੇ ਹੋਰ ਵੀ ਜਿਵੇਂ ਪੰਜ ਮੈਂਬਰੀ ਕਮੇਟੀ ਵੀ ਬਣੀ ਆ, ਇਹ ਜਨਾਨੀ ਮਸਲੀ ਬਣੀ ਆ, ਤੇ ਮੈਂ ਨਾ ਕਿ ਨਿਊ ਜਰਸੀ ਦੇ ਗੁਰੂ ਘਰਾਂ ਦਾ, ਮੈਂ ਸਾਰੀ ਯੂਨਾਈਟਿਡ ਸਟੇਟਸ ਦੇ ਗੁਰੂ ਘਰਾਂ ਨੂੰ ਬੇਨਤੀ ਕਰੂੰਗਾ ਕਿ ਅਸੀਂ ਹੋਰ ਸਟੇਟਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਉਪਰਾਲੇ ਕਰੀਏ ਤੇ ਸਾਰੀਆਂ ਸਟੇਟਸ ਦੇ ਵਿੱਚ ਸਾਡੇ ਗੁਰੂਆਂ ਦਾ ਦੇ ਜਿਹੜੇ ਮਹਾਨ ਦਿਨ ਨੇ ਉਹ ਮਨਾਏ ਜਾਣ। ਤੇ ਅੱਜ ਦੇ ਦਿਨ ਮੈਂ ਨਿਊ ਜਰਸੀ ਦੀ ਸਟੇਟ ਸੈਨੇਟ ਤੇ ਅਸੈਂਬਲੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਤੇ ਸਾਰੀ ਸਿੱਖ ਜਗਤ ਨੂੰ ਮੈਂ ਵਧਾਈ ਦਿੰਦਾ, ਜੋ ਕਿ ਸਾਡੇ ਵਾਸਤੇ ਬਹੁਤ ਹੀ ਭਾਗਾਂ ਵਾਲਾ ਦਿਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ, ਥੈਂਕ ਯੂ। ਹਾਂਜੀ, ਥੈਂਕ ਯੂ। ਤੇ ਮੈਂ ਵਿਊਅਰਸ ਨੂੰ ਇੱਥੇ ਸਿਰਫ ਇਹੀ ਦੱਸਣਾ ਚਾਹੁੰਦੀ ਹਾਂ ਜਾਂਦੇ ਜਾਂਦੇ ਕਿ ਇਹ ਜੋ ਤੁਸੀਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਦੇਖਿਆ, ਮਾੜਾ ਜਿਹਾ ਸਟੇਟ ਸੈਨੇਟ ਨਿਊ ਜਰਸੀ ਦੇ ਕੈਪੀਟਲ ਦੇ ਵਿੱਚ ਟ੍ਰੈਂਟਨ ਵਿੱਚ ਪਹੁੰਚੀ ਹੈ ਸਾਡੀ ਟੀਮ, ਕਿ ਕਿਸ ਤਰ੍ਹਾਂ ਇੱਥੇ ਦੇ ਅਮੈਰੀਕਨ ਪੋਲੀਟੀਕਲ ਸਿਸਟਮ ਦੇ ਵਿੱਚ ਸਾਡੀ ਸਿੱਖ ਕਮਿਊਨਿਟੀ ਇੱਕ ਇੱਕ ਬ੍ਰਿਕ ਬਣਾ ਰਹੀ, ਆਪਣੀ ਜਗ੍ਹਾ ਬਣਾ ਰਹੀ ਹੈ। ਇਸ ਤਰ੍ਹਾਂ ਦੇ ਕੰਮ ਦੇ ਨਾਲ ਹੀ ਆਪਾਂ ਕਹਿ ਸਕਦੇ ਹਾਂ ਕਿ ਅਫੀਸ਼ੀਅਲ ਤੌਰ 'ਤੇ ਸਾਡੀ ਕਮਿਊਨਿਟੀ ਦੀ ਜਗ੍ਹਾ ਨਾ ਕਿ ਸਿਰਫ ਇੱਥੇ ਦੇ ਸਿਸਟਮ ਵਿੱਚ ਹੋਏ, ਬਟ ਅਗਰ ਆਪਾਂ ਆਪਣੀ ਅਗਲੀ ਪੀੜ੍ਹੀ ਨੂੰ ਅੱਗੇ ਵਧਾਉਣਾ, ਉਹਨਾਂ ਦੀ ਓਪਰਚੁਨਿਟੀਜ਼ ਇਨਕਰੀਜ ਕਰਨੀ ਹੈ, ਉਹਨਾਂ ਨੂੰ ਆਪਾਂ ਚਾਹੁੰਦੇ ਹਾਂ ਕਿ ਕਾਂਗਰਸਮੈਨ ਹੋਣ, ਸੈਨੇਟਰ ਹੋਣ, ਕਮਿਊਨਿਟੀ ਲੀਡਰਸ ਹੋਣ ਬਾਕੀਆਂ ਕਮਿਊਨਿਟੀਆਂ ਲਈ ਅਤੇ ਪ੍ਰੈਜ਼ੀਡੈਂਸੀ ਤੱਕ ਪਹੁੰਚਣ, ਦੈਨ ਦਿਸ ਇਜ਼ ਦ ਵੇ। ਇੱਕ ਇੱਕ ਕਰਕੇ ਦ ਫਸਟ ਸਟੈਪ ਆਫਕੋਰਸ ਯੂਨਿਟੀ, ਕਿ ਸਾਨੂੰ ਇੱਕ ਜੁੱਟ ਹੋ ਕੇ, ਆਪਾਂ ਤਾਂ ਆਲਰੇਡੀ ਮਾਈਨੋਰਿਟੀ ਦੀ ਮਾਈਨੋਰਿਟੀ ਹਾਂ, ਜਿੱਥੇ ਸਾਊਥ ਏਸ਼ੀਅਨਸ ਨੂੰ ਗਿਣਿਆ ਜਾਂਦਾ ਹੈ, ਇੱਕ ਅਮੈਰੀਕਨ ਲਈ ਸਾਊਥ ਏਸ਼ੀਅਨ ਇੰਡੀਅਨ ਵੀ ਹੋ ਸਕਦਾ, ਬੰਗਲਾਦੇਸ਼ੀ ਵੀ ਹੋ ਸਕਦਾ, ਪਾਕਿਸਤਾਨੀ ਵੀ ਹੋ ਸਕਦਾ, ਉਹਦੇ ਵਿੱਚ ਸਿੱਖ ਤਾਂ ਕਿੰਨੀ ਛੋਟੀ ਪਰਸੈਂਟੇਜ ਰਹਿ ਜਾਂਦੇ ਹੈ। ਸਾਡੀ ਸਿੱਖ ਕਮਿਊਨਿਟੀ ਇੱਕ ਮਾਈਨੋਰਿਟੀ ਦੀ ਮਾਈਨੋਰਿਟੀ ਹੈ, ਬਟ ਫਿਰ ਵੀ ਸਾਡਾ ਫੁੱਟਪ੍ਰਿੰਟ ਦੇਖੋ, ਸਾਡਾ ਇਮਪ੍ਰਿੰਟ ਦੇਖੋ, ਇਹ ਸਾਡੀ ਸੇਵਾ, ਸਾਡੇ ਕਰਮ, ਸਾਡਾ ਕੰਮ ਬੋਲਦਾ ਹੈ, ਸਾਡੇ ਜੋ ਗੁਰੂਆਂ ਨੇ ਟੀਚਾ ਸਾਨੂੰ ਦਿੱਤਾ ਹੈ ਉਹ ਬੋਲਦਾ ਹੈ। ਇਸ ਕਰਕੇ ਸਾਡੀ ਜਗ੍ਹਾ ਬਣੀ ਹੋਈ ਹੈ, ਬਟ ਜਿੱਥੇ ਸਾਡੀ ਸੇਵਾ ਨੇ, ਸਾਡੇ ਕੰਮ ਨੇ ਜਗ੍ਹਾ ਬਣਾਈ ਲੋਕਾਂ ਦੇ ਦਿਲਾਂ ਦੇ ਵਿੱਚ, ਸਿਸਟਮ ਦੇ ਵਿੱਚ ਸਾਨੂੰ ਸਿਸਟਮ ਦੇ ਵਿੱਚ ਵੜ ਕੇ ਉਹਦੇ ਰਾਹੀਂ ਹੀ ਆਪਣੀ ਜਗ੍ਹਾ ਬਣਾਉਣੀ ਪੈਣੀ ਹੈ, ਇਸ ਤਰ੍ਹਾਂ ਦੇ ਰੈਜ਼ੋਲਿਊਸ਼ਨਸ ਪਾਸ ਕਰਨੇ ਪੈਣੇ, ਇਸ ਤਰ੍ਹਾਂ ਦੀ ਕਮੇਟੀਆਂ ਬਣਾਉਣੀਆਂ ਪੈਣੀਆਂ, ਤਾਂ ਕਿ ਸਾਡੇ ਬੱਚਿਆਂ ਲਈ ਜਗ੍ਹਾ ਹੋਏ ਇਸ ਕੰਟਰੀ ਦੇ ਪੋਲੀਟੀਕਲ ਸਿਸਟਮ ਦੇ ਵਿੱਚ, ਅਤੇ ਉਹਨਾਂ ਦਾ ਵੀ ਨਾਮ ਕਦੀ ਪ੍ਰੈਜ਼ੀਡੈਂਟ ਆਫ ਦ ਯੂਨਾਈਟਿਡ ਸਟੇਟਸ ਕਿਹਾ ਜਾਏ, ਸਿੰਘ ਜਾਂ ਕੌਰ ਪ੍ਰੈਜ਼ੀਡੈਂਟ ਆਫ ਦ ਯੂਨਾਈਟਿਡ ਸਟੇਟਸ ਕਿਹਾ ਜਾਏ। ਇਹਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਸਾਡੇ ਲਈ ਕੋਈ ਕੁਐਸਚਨਸ, ਕਮੈਂਟਸ, ਕੰਸਰਨਸ, ਤੁਸੀਂ ਮੈਨੂੰ ਲਿਖ ਸਕਦੇ ਹੋ info@justbroadcasting.com, ashmita@justbroadcasting.com। ਹੁਣ ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।